ਸਸਰੀਆ ਕਾਦ ਉਸ ਦੇਖ ਰਹੇ ਹੋ ਦਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ ਜਿਸ ਦੇ ਵਿੱਚ ਹੁਣ ਹਿੰਸਾ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੱਡੇ ਕਿਸਾਨ ਆਗੂਆਂ ਨੂੰ ਕ੍ਰਾਈਮ ਬ੍ਰਾਂਚ ਦੇ ਵੱਲੋਂ ਨੋਟਿਸ ਭੇਜ ਦਿੱਤੇ ਗਏ ਨੇ ਪਾਰਲੀਮੈਂਟ ਦੇ ਵਿੱਚ ਮੋਦੀ ਸਰਕਾਰ ਕਸੂਤੀ ਕਿਰਦੀ ਦਿਖਾਈ ਦਿੰਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਕਿਸਾਨਾਂ ਲਈ ਅਤੇ ਮੋਦੀ ਸਰਕਾਰ ਦੇ ਲਈ ਜਾਰੀ ਕਰ ਦਿੱਤਾ ਗਿਆ ਹੈ ਰਾਸ਼ਟਰਪਤੀ ਖੇਤੀ ਕਾਨੂੰਨਾਂ ਬਾਰੇ ਕੀ ਬੋਲ ਪਏ ਨੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਘੱਟ ਸਮੇਂ ਦੇ ਵਿੱਚ ਅਤੇ ਸੌਖੀ ਭਾਸ਼ਾ ਦੇ ਵਿੱਚ ਦਿੰਨੇ ਆ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਕਿਸਾਨੀ ਅੰਦੋਲਨ ਤੋਂ ਜਿਸ ਦੇ ਵਿੱਚ ਸਰਕਾਰ ਦੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਫੇਲ ਹੋਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੇ ਵੱਲੋਂ ਦੂਜੇ ਤਰੀਕੇ ਅਪਣਾਏ ਜਾਣ ਲੱਗੇ ਨੇ ਇਹ આરોਪ ਅਸੀਂ ਨਹੀਂ ਸਗੋਂ ਕਿਸਾਨਾਂ ਵੱਲੋਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਲਾਏ ਜਾ ਰਹੇ ਨੇ ਦਰਅਸਲ ਸਿੰਘੂ ਅਤੇ ਟਿਕਰੀ ਬਾਰਡਰ ਤੇ ਆਏ ਦਿਨ ਹੀ ਕੁਝ ਲੋਕ ਇਕੱਠੇ ਹੋ ਕੇ ਆ ਜਾਂਦੇ ਨੇ ਜਿਹੜੇ ਕਿ ਆਪਣੇ ਆਪ ਨੂੰ ਦਿੱਲੀ ਦੇ ਵਾਸੀ ਦੱਸਦੇ ਨੇ ਅਤੇ ਉਹ ਇਨ੍ਹਾਂ ਕਿਸਾਨਾਂ ਦਾ ਵਿਰੋਧ ਕਰਨ ਲੱਗ ਪੈਂਦੇ ਨੇ ਤੇ ਰੰਗੇ ਲੈ ਕੇ ਹੱਥਾਂ ਦੇ ਵਿੱਚ ਉਹ ਆ ਜਾਂਦੇ ਨੇ ਅਤੇ ਉੱਥੇ ਆ ਕੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਲਈ ਕਹਿਣ ਲੱਗ ਪੈਂਦੇ ਨੇ ਅਤੇ ਕਿਸਾਨਾਂ ਦੇ ਖਿਲਾਫ ਹੀ ਨਾਰੇਬਾਜ਼ੀ ਕਰਨ ਲੱਗ ਪੈਂਦੇ ਨੇ ਅੱਜ ਤਾਂ ਹੱਦ ਹੀ ਹੋ ਗਈ ਸਿੰਘੂ ਬਾਰਡਰ ਤੇ ਕੁਝ ਅਜਿਹੇ ਲੋਕ ਆਏ ਉਹਨਾਂ ਨੇ ਪਹਿਲਾਂ ਤਾਂ ਰੰਗੇ ਹੱਥਾਂ ਵਿੱਚ ਫੜੇ ਹੋਏ ਸਨ ਪਰ ਉਸ ਤੋਂ ਬਾਅਦ ਕਿਸਾਨਾਂ ਦੇ ਉੱਪਰ ਇਨ੍ਹਾਂ ਲੋਕਾਂ ਦੇ ਵੱਲੋਂ ਪੱਥਰ ਆਜੀ ਸ਼ੁਰੂ ਕਰ ਦਿੱਤੀ ਗਈ ਉਸ ਤੋਂ ਬਾਅਦ ਕਿਸਾਨ ਵੀ ਗੁੱਸੇ ਦੇ ਵਿੱਚ ਆ ਗਏ ਨਿਹੰਗ ਸਿੰਘਾਂ ਨੇ ਵੀ ਕਿਰਪਾਨਾਂ ਕੱਢ ਲਈਆਂ ਅਤੇ ਮਾਹੌਲ ਉੱਥੇ ਤਣਾਅਪੂਰਨ ਬਣ ਗਿਆ ਕੁਝ ਲੋਕ ਉੱਥੇ ਹੱਥ ਜੋੜਦੇ ਵੀ ਦਿਖਾਈ ਦਿੱਤੇ ਕੁਝ ਕਿਸਾਨ ਹੱਥ ਜੋੜਦੇ ਦਿਖਾਈ ਦਿੱਤੇ ਕਿ ਸਾਨੂੰ ਹਿੰਸਾ ਨਹੀਂ ਚਾਹੀਦੀ ਹੈ ਇਹਦਾ ਨਾ ਕਰੋ ਉਹ ਲੋਕਾਂ ਨੂੰ ਵੀ ਕਹਿ ਰਹੇ ਸਨ ਜਿਹੜੇ ਕਿ ਹਿੰਸਾ ਕਰਨ ਲਈ ਆਏ ਸਨ ਅਤੇ ਆਪਣੇ ਸਾਥੀਆਂ ਨੂੰ ਵੀ ਉਹ ਲੋਕ ਸਮਝਾ ਰਹੇ ਸਨ ਮਾਹੌਲ ਇੰਨਾ ਜ਼ਿਆਦਾ ਤਣਾਅਪੂਰਨ ਬਣ ਗਿਆ ਕਿ ਪੁਲਿਸ ਜਿਹੜੀ ਉੱਥੇ ਲੱਗੀ ਹੋਈ ਸੀ ਉਹਨਾਂ ਦੇ ਵੱਲੋਂ लाठी चार्ज ਉਹ ਆਤਰਾਂ ਤੇ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੀ ਮਾਹੌਲ ਉਥੇ ਕਾਬੂ ਦੇ ਵਿੱਚ ਆਉਂਦਾ ਦਿਖਾਈ ਦਿੱਤਾ ਪਰ ਇਹ ਲੋਕ ਕੌਣ ਨੇ ਉਹਨਾਂ ਵੱਲੋਂ ਭਾਵੇਂ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਦਿੱਲੀ ਦੇ ਹੀ ਵਾਸੀ ਆ ਇਹਨਾਂ ਕਿਸਾਨਾਂ ਨੇ ਲਾਲ ਕਿਲੇ ਤੇ ਜਾ ਕੇ ਤਿਰੰਗੇ ਦਾ ਅਪਮਾਨ ਕੀਤਾ ਹੈ ਨਾਰਾ ਕਿਹੜਾ ਲਾਇਆ ਜਾਂਦਾ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਉਹੀ ਨਾਰਾ ਇਹਨਾਂ ਲੋਕਾਂ ਵੱਲੋਂ ਵੀ ਲਾਇਆ ਜਾਂਦਾ ਏ ਜਿਹੜਾ ਨਾਰਾ ਇਸ ਵੇਲੇ ਦੇਸ਼ ਦਾ ਸਰਕਾਰੀ মিডিਆ ਲਾਉਂਦਾ ਦਿਖਾਈ ਦਿੰਦਾ ਏ ਤਿਰੰਗੇ ਕਾ અપਮਾਨ ਨਹੀਂ ਸਹੇਗਾ ਹਿੰਦੁਸਤਾਨ ਐਸੇ ਦੇ ਨਾਰੇ ਦੇ ਤਹਿਤ ਹੀ ਸਰਕਾਰੀ মিডিਆ ਦੇ ਵੱਲੋਂ ਅੱਧੇ ਅੱਧੇ ਘੰਟੇ ਦੇ ਪੈਕੇਜ ਚਲਾਏ ਗਏ ਨੇ ਅਤੇ ਇਹੀ ਨਾਰੇ ਇਹ ਲੋਕ ਵੀ ਲਾਉਂਦੇ ਦਿਖਾਈ ਦਿੰਦੇ ਨੇ ਜਿਸ ਤੋਂ ਬਾਅਦ ਹੁਣ ਸਾਰੇ ਲੋਕ ਕਹਿਣ ਲੱਗ ਪਏ ਨੇ ਕਿ ਇਹ ਕੋਈ ਦਿੱਲੀ ਦੇ ਆਮ ਲੋਕ ਨਹੀਂ ਸਗੋ ਭਾਜਪਾ ਅਤੇ ਆਰਐਸਐਸ ਦੇ ਲੋਕ ਨੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਅਤੇ ਕਿਸਾਨ ਸਿੱਧੇ ਤੌਰ ਤੇ ਬੀਜਪੀ ਨੂੰ ਵੰਗਾਰ ਦੇ ਦਿਖਾਈ ਦਿੰਦੇ ਨੇ ਉਹ ਕਹਿੰਦੇ ਨੇ ਕਿ ਇਦਾਂ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਕਾਂਗਰਸ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਡਾਕਟਰ ਰਾਜਕੁਮਾਰ ਵੇਰਕਾ ਦਾ ਬਿਆਨ ਸਾਹਮਣੇ ਆਇਆ ਏ ਉਹ ਕਹਿੰਦੇ ਨੇ ਕਿ ਬੀਜਪੀ ਦੀ ਸਰਕਾਰ ਬਾਦਰਾਂ ਤੇ ਹਿੰਸਾ ਕਰਵਾਉਣਾ ਚਾਹੁੰਦੀ ਹੈ ਖੂਨ ਖਰਾਬਾ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਪਹਿਲਾਂ ਵੀ ਇਹ ਇਦਾਂ ਹੀ ਕਰਦੇ ਨੇ ਜਿਹੜਾ ਅੰਦੋਲਨ ਇਹਨਾਂ ਕੋਲੋਂ ਨਹੀਂ ਸੰਭਿਆ ਜਾਂਦਾ ਉਹਦੇ ਵਿੱਚ ਹਿੰਸਾ ਕਰਵਾ ਦਿੰਦੇ ਨੇ ਅਤੇ ਹੁਣ ਆਮ ਲੋਕ ਬਣਾ ਕੇ ਆਪਣੇ ਹੀ ਵਰਕਰਾਂ ਅਤੇ ਲੀਡਰਾਂ ਨੂੰ ਇਹ ਉਥੇ ਭੇਜ ਕਹਿੰਦੇ ਨੇ ਤਾਂ ਜੋ ਹਿੰਸਾ ਕਰਵਾਈ ਜਾ ਸਕੇ ਅਤੇ ਕਿਸਾਨਾਂ ਦਾ ਨੁਕਸਾਨ ਕੀਤਾ ਜਾ ਸਕੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਇਨ੍ਹਾਂ ਹਰਕਤਾਂ ਤੋਂ ਬਾਜ਼ ਆ ਜਾਣਾ ਚਾਹੀਦਾ ਏ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਇਹੀ ਗੱਲ ਕਹਿੰਦੇ ਦਿਖਾਈ ਦਿੰਦੇ ਨੇ ਕਿ ਜਾਣ ਬੁੱਝ ਕੇ ਕੇਂਦਰ ਸਰਕਾਰ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਹਿੰਸਾ ਕਰਵਾਉਣਾ ਚਾਹੁੰਦੀ ਹੈ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿਸਾਨ ਤਾਂ ਕਹਿ ਹੀ ਰਹੇ ਨੇ ਕਿ ਸਿੱਧੇ ਤੌਰ ਤੇ ਬੀਜੇਪੀ ਨੇ ਹੁਣ ਦੂਜਾ ਰਾਹ ਅਪਣਾ ਲਿਆ ਏ ਜਦੋਂ ਗੱਲਬਾਤ ਦੇ ਨਾਲ ਮਸਲਾ ਹੱਲ ਨਹੀਂ ਹੋਇਆ ਤਾਂ ਹੁਣ ਹਿੰਸਾ ਕਰਵਾ ਕੇ ਲੜਾਈ ਝਗੜਾ ਕਰਵਾ ਕੇ ਖੂਨ ਖਰਾਬਾ ਕਰਵਾ ਕੇ ਕਿਸਾਨਾਂ ਨੂੰ ਡਰਾਉਣਾ ਚਾਹੁੰਦੇ ਨੇ ਪਰ ਅਸੀਂ ਨਹੀਂ ਡਰਾਂਗੇ ਕਿਸਾਨ ਆਗੂ ਲਗਾਤਾਰ ਕਿਸਾਨ ਇਕਤਾ ਮੋਰਚਾ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ذریعے ਲੋਕਾਂ ਨੂੰ ਸੰਦੇਸ਼ ਦਿੰਦੇ ਦਿਖਾਈ ਦਿੰਦੇ ਨੇ ਕਿ ਡਰਨਾ ਨਹੀਂ ਹੈ ਇਹ ਨਾ ਸੋਚੋ ਕਿ ਕਿਸਾਨੀ ਅੰਦੋਲਨ ਖਤਮ ਹੋ ਜਾਏਗਾ ਤੁਹਾਡੇ ਆਮ ਲੋਕਾਂ ਦੀ ਸਪੋਰਟ ਸਾਨੂੰ ਚਾਹੀਦੀ ਹੈ ਜੇਕਰ ਤੁਸੀਂ ਸਾਡੇ ਨਾਲ ਹੋ ਤਾਂ ਕਦੇ ਵੀ ਇਹ ਕਿਸਾਨੀ ਅੰਦੋਲਨ ਬੇਸਿੱਟਾ ਖਤਮ ਨਹੀਂ ਹੋਏਗਾ ਖੇਤੀ ਕਾਨੂੰਨ ਰੱਦ ਕਰਵਾ ਕੇ ਰ੍ਹਾਂਗੇ ਜਦੋਂ ਅੱਜ ਦੇਣ ਹੀ ਅਜਿਹੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਜਿਸ ਵਿੱਚ ਕਿਹਾ ਇਹ ਜਾਂਦਾ ਹੈ ਕਿ ਦਿੱਲੀ ਦੇ ਲੋਕ ਵੀ ਆ ਕੇ ਵਿਰੋਧ ਕਰਨ ਲੱਗ ਪਏ ਨੇ ਤਾਂ ਲੋਕ ਉਹ ਲੋਕ ਜਿਹੜੇ ਕਿ ਆਪਣੇ ਵੱਲੋਂ ਸਮਰਥਨ ਦੇਣ ਲਈ ਗਏ ਨੇ ਜਿਹੜੇ ਕਿ ਕਿਸੇ ਵੀ ਯੂਨੀਅਨ ਦੇ ਨਾਲ ਭਾਵੇਂ ਨਹੀਂ ਜੁੜੇ ਉਹ ਆਪ ਹੀ ਆਪ ਮੁਹਾਰੇ ਗਏ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਪਤਾ ਨਹੀਂ ਕਿਉਂ ਉੱਥੋਂ ਦੇ ਲੋਕ ਹੀ ਵਿਰੋਧ ਕਰਨ ਲੱਗ ਪਏ ਨੇ ਪਤਾ ਨਹੀਂ ਕੀ ਹੋ ਜਾਏਗਾ ਉਹਨਾਂ ਸਾਰਿਆਂ ਨੂੰ ਭਰੋਸਾ ਕਿਸਾਨ ਆਗੂਆਂ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਇਹ ਦਿੱਲੀ ਦੇ ਆਮ ਲੋਕ ਨਹੀਂ ਇਹ ਭਾਜਪਾ ਦੇ ਲੋਕ ਨੇ ਇਹਨਾਂ ਨੂੰ ਅਸੀਂ ਸੰਭਾਲ ਲਵਾਂਗੇ ਡਰਨ ਦੀ ਕੋਈ ਵੀ ਲੋੜ ਨਹੀਂ ਹੈ ਕਿਸਾਨ ਆਗੂ ਦਾਵਾ ਕਰਦੇ ਨੇ ਕਿ ਦਿੱਲੀ ਦੇ ਆਮ ਲੋਕ ਤਾਂ ਉਹਨਾਂ ਦੀ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਨੇ ਖਾਣ ਪੀਣ ਦੀਆਂ ਚੀਜ਼ਾਂ ਵੀ ਆ ਕੇ ਦੇ ਕੇ ਜਾਂਦੇ ਨੇ ਦੁੱਧ ਦੀ ਸੇਵਾ ਵੀ ਕਰਦੇ ਨੇ ਜਦੋਂ ਟਰੈਕਟਰ ਪ੍ਰੇਡ ਕੱਢੀ ਸੀ 26 ਜਨਵਰੀ ਨੂੰ ਤਾਂ ਦਿੱਲੀ ਦੇ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਵੀ ਪ੍ਰੇਡ ਤੇ ਕੀਤੀ ਗਈ ਸੀ ਲੰਗਰ ਵੀ ਲਾਏ ਗਏ ਸਨ ਇਹ ਆਮ ਲੋਕ ਨੇ ਭਾਜੀਪੀ ਦੇ ਵੱਲੋਂ ਭੇਜੇ ਜਾ ਰਹੇ ਨੇ ਇਸੇ ਮਸਲੇ ਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਹੈ ਉਹਨਾਂ ਨੇ ਸਿੱਧੇ ਤੌਰ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਉਹ ਕਹਿੰਦੇ ਨੇ ਕਿ ਮੈਂ ਇਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਭਾਜਪਾ ਨੂੰ ਇਹ ਆਪਣੀ ਸਟ੍ਰੈਟਜੀ ਬਦਲ ਲੈਣੀ ਚਾਹੀਦੀ ਹੈ ਜਿਸ ਰਣਨੀਤੀ ਤੇ ਭਾਜਪਾ ਦੀ ਕੇਂਦਰ ਸਰਕਾਰ ਮੋਦੀ ਸਰਕਾਰ ਚੱਲ ਪਈ ਹੈ ਉਹ ਕਿਸੇ ਵੀ ਸਹੀ ਰਸਤੇ ਵੱਲ ਨਹੀਂ ਜਾਏਗੀ ਇਸ ਦੇ ਨਾਲ ਦੇਸ਼ ਦਾ ਨੁਕਸਾਨ ਹੀ ਹੋਏਗਾ ਸੁਖਬੀਰ ਸਿੰਘ ਬਾਦਲ ਨੇ ਦਾਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਦੇ ਵੱਲੋਂ ਦਿੱਲੀ ਦੇ ਉਹਨਾਂ ਸਾਰੇ ਇਲਾਕਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣ ਲੱਗੇ ਨੇ ਜੋ ਕਿ ਬਹੁਤ ਸੈਂਸਿਟਿਵ ਇਲਾਕੇ ਨੇ ਅਤੇ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਨਾਰਾ ਫੇਰ ਉਹੀ ਲਾਇਆ ਜਾ ਰਿਹਾ ਹੈ ਜਿਹੜੇ ਕਿ ਪਿਛਲੀ ਦਿੱਲੀ ਹਿੰਸਾ ਦੇ ਵਿੱਚ ਲਾਇਆ ਗਿਆ ਸੀ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਅੱਗੋਂ ਗਾਲ ਕੱਢੀ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਉਹੀ ਵਤੀਰਾ ਜਿਹੜਾ ਕਿ ਪਿਛਲੀ ਹਿੰਸਾ ਦੇ ਵਿੱਚ ਭਾਜਪਾ ਨੇ ਅਪਣਾਇਆ ਸੀ ਉਹੀ ਵਤੀਰਾ ਹੁਣ ਇਹਨਾਂ ਕਿਸਾਨਾਂ ਲਈ ਵੀ ਕੇਂਦਰ ਦੀ ਸਰਕਾਰ ਅਪਣਾਉਣ ਲੱਗ ਪਈ ਹੈ ਸਹੀ ਗੱਲ ਹੈ ਨਹੀਂ ਹੈ ਇਹ ਨਾ ਸੋਚਣ ਨਰਿੰਦਰ ਮੋਦੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਤਾਂ ਇੰਦਰਾ ਗਾਂਧੀ ਦੇ ਰਾਹ ਤੇ ਟਰਪੇਲ ਇੰਦਰ ਗਾਂਧੀ ਨੂੰ ਵੀ ਲੱਗਦਾ ਸੀ ਕਿ ਉਸ ਦੇ ਮੁਕਾਬਲੇ ਦਾ ਕੋਈ ਵੀ ਨਹੀਂ ਹੈ ਦੇਸ਼ ਦੇ ਵਿੱਚ ਉਹ ਕਦੇ ਵੀ ਨਹੀਂ ਹਾਰ ਸਕਦੇ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵੀ ਅੰਤ ਕਰ ਦਿੱਤੀ ਸੀ ਤਾਂ ਉਹਨਾਂ ਦਾ ਵੀ ਅੰਤ ਹੋ ਗਿਆ ਸੀ ਲੋਕਾਂ ਨੇ ਉਹਨਾਂ ਨੂੰ ਵੋਟਾਂ ਦੇ ਵਿੱਚ ਹਰਾ ਦਿੱਤਾ ਸੀ ਇਸ ਕਰਕੇ ਨਰਿੰਦਰ ਮੋਦੀ ਨੂੰ ਵੀ ਨਹੀਂ ਸੋਚਣਾ ਚਾਹੀਦਾ ਕਿ ਉਹ ਕਦੇ ਵੀ ਹਾਰ ਨਹੀਂ ਸਕਦੇ ਇਹ ਲੋਕ ਵੱਡੇ ਹੁੰਦੇ ਨੇ ਕਿਉਂਕਿ ਲੋਕਤੰਤਰ ਹੈ ਲੋਕ ਜਿਸ ਨੂੰ ਚਾਣ ਤਾਕਤਵਰ ਬਣਾ ਸਕਦੇ ਨੇ ਅਤੇ ਜਿਸ ਨੂੰ ਵੀ ਚਾਣ ਗੱਦੀਆਂ ਲਾ ਵੀ ਸਕਦੇ ਨੇ ਇਸ ਤਰ੍ਹਾਂ ਦੀਆਂ ਚੇਤਾਵਨੀਆਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਦੇ ਦਿੱਤੀਆਂ ਗਈਆਂ ਨੇ ਸਿੱਧੇ ਤੌਰ ਤੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਨੇ ਲਾ ਦਿੱਤੇ ਨੇ ਕਿ ਅਸੀਂ 100 ਸਾਲ ਸਾਡੀ ਪੁਰਾਣੀ ਪਾਰਟੀ ਹੈ ਅਸੀਂ ਕਿਸਾਨਾਂ ਦੇ ਹਮਦਰਦ ਹਾਂ ਸਾਨੂੰ ਹੀ ਨਹੀਂ ਪੁੱਛਿਆ ਸੀ ਸਾਨੂੰ ਉਦੋਂ ਹੀ ਇਹਨਾਂ ਦੀ ਨੀਅਤ ਤੇ ਸ਼ੱਕ ਹੋ ਗਿਆ ਸੀ ਅਤੇ ਹੁਣ ਗद्दार ਕਹਿਣ ਲੱਗ ਪਏ ਨੇ ਉਹ ਵੀ ਦੇਖਦੇ ਕਿਸਾਨਾਂ ਨੂੰ ਹੀ ਜਿਨ੍ਹਾਂ ਦੀ ਰੋਟੀ ਖਾਂਦੇ ਆ ਜੇਕਰ ਉਹਨਾਂ ਨੂੰ ਹੀ ਕਹਾਂਗੇ ਤਾਂ ਦੇਸ਼ ਕਿਸ ਪਾਸੇ ਵੱਲ ਨੂੰ ਜਾ ਰਿਹਾ ਹੈ ਇਸ ਦਾ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਹੈ ਇਹ ਦਾਵਾ ਅੱਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਰ ਦਿੱਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜਦੋਂ ਤੋਂ 26 ਜਨਵਰੀ ਵਾਲੀ ਘਟਨਾ ਹੋਈ ਹੈ ਭਾਵੇਂ ਉਹ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਉਣ ਦੀ ਹੋਵੇ ਭਾਵੇਂ ਉਹ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਈ ਹਿੰਸਾ ਹੋਵੇ ਉਸ ਤੋਂ ਬਾਅਦ ਭਾਜਪਾ ਦੀਆਂ ਸਰਕਾਰਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਛੇਤੀ ਤੋਂ ਛੇਤੀ ਕਿਸਾਨੀ ਅੰਦੋਲਨ ਨੂੰ ਜ਼ਬਰਦਸਤੀ ਚੁੱਕ ਦਿੱਤਾ ਜਾਣਾ ਚਾਹੀਦਾ ਹੈ ਇਸੇ ਦੇ ਤਹਿਤ ਹੀ ਭਾਜਪਾ ਦੀਆਂ ਸਰਕਾਰਾਂ ਦੇ ਵੱਲੋਂ ਕਈ ਤਰੀਕੇ ਅਪਣਾਏ ਜਾ ਰਹੇ ਨੇ ਜੇਕਰ ਗੱਲ ਕਰੀਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਤਾਂ ਉਹਨਾਂ ਦੇ ਵੱਲੋਂ ਕੱਲ ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਕੀਤੀ ਗਈ ਸੀ ਪਰ ਅੱਜ ਇਸ ਦੀ ਗਿਣਤੀ ਵਧਾ ਕੇ 17 ਕਰ ਦਿੱਤੀ ਗਈ ਹੈ ਇੰਨੇ ਜ਼ਿਲ੍ਹਿਆਂ ਦੇ ਵਿੱਚ ਨਾ ਤਾਂ ਕੋਈ ਇੰਟਰਨੈਟ ਦਾ ਇਸਤੇਮਾਲ ਕਰ ਸਕੇਗਾ ਅਤੇ ਨਾ ਹੀ ਕੋਈ ਐਸਐਮਐਸ ਮੈਸੇਜ ਭੇਜ ਸਕੇਗਾ ਜਦੋਂ ਪੁੱਛਿਆ ਗਿਆ ਸਰਕਾਰ ਦੇ ਕੋਲੋਂ ਕਿ ਇਹ ਕੰਮ ਤੁਸੀਂ ਕਿਉਂ ਕੀਤਾ ਹੈ ਤਾਂ ਖੱਟੜ ਸਰਕਾਰ ਕਹਿੰਦੀ ਹੈ ਕਿ ਅਫਵਾਹਾਂ ਬਹੁਤ ਜ਼ਿਆਦਾ ਕਿਸਾਨੀ ਅੰਦੋਲਨ ਨੂੰ ਲੈ ਕੇ ਫੈਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਇਸੇ ਕਰਕੇ ਹੀ ਇੰਟਰਨੈਟ ਦੀ ਸੇਵਾ ਬੰਦ ਕੀਤੀ ਗਈ ਹੈ ਤਾਂ ਜੋ ਕੋਈ ਵੀ ਗਲਤ ਘਟਨਾ ਨਾ ਹੋਵੇ ਅਫਵਾਹਾਂ ਨਾ ਫੈਲਣ ਪਰ ਜਿਹੜੇ ਭਾਜਪੀ ਦੇ ਵਿਰੋਧੀ ਨੇ ਅਤੇ ਕਿਸਾਨ ਨੇ ਉਹ ਕਹਿ ਰਹੇ ਨੇ ਕਿ ਸਿੱਧੇ ਤੌਰ ਤੇ ਖੱਟੜ ਸਰਕਾਰ ਨੇ ਕਿਸਾਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੈ ਕੀਤੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਇਸ ਵਾਰ ਕਿਸਾਨੀ ਅੰਦੋਲਨ ਬਹੁਤ ਜ਼ਿਆਦਾ ਐਕਟਿਵ ਹੈ ਅਤੇ ਸੋਸ਼ਲ ਮੀਡੀਆ ਦੇ ذریعے ਹੀ ਆਮ ਲੋਕ ਕਿਸਾਨੀ ਅੰਦੋਲਨ ਦੇ ਨਾਲ ਵੀ ਜੁੜੇ ਹੋਏ ਨੇ ਰਾਤ ਨੂੰ ਰਕੇਸ਼ ਟਕੈ ਦੀ ਰੋਣ ਵਾਲੀ ਵੀਡੀਓ ਹੰਝੂਆਂ ਵਾਲੀ ਵੀਡੀਓ ਵਾਇਰਲ ਹੋਈ ਸੀ ਅਤੇ ਸਵੇਰ ਚੜ੍ਹਦਿਆਂ ਨੂੰ ਗਾਜ਼ੀਪੁਰ ਬਾਰਡਰ ਤੇ ਲਹਿਰਾ ਬਹਿਰਾ ਹੋ ਗਈਆਂ ਸਨ ਸ਼ਾਇਦ ਇਸੇ ਕਰਕੇ ਹੀ ਖੱਟੜ ਸਰਕਾਰ ਨੇ ਇੰਟਰਨੈਟ ਹਰਿਆਣਾ ਦੇ ਵਿੱਚ ਬੰਦ ਕਰਨ ਦਾ ਐਲਾਨ ਕੀਤਾ ਹੈ ਅਜਿਹਾ ਖਰਸ਼ਾ ਕਿਸਾਨਾਂ ਦੇ ਵੱਲੋਂ ਅਤੇ ਵਿਰੋਧੀ ਪਾਰਟੀ ਵੱਲੋਂ ਜਤਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਹਰਿਆਣਾ ਸਰਕਾਰ ਦੇ ਵੱਲੋਂ 1 ਫਰਵਰੀ ਤੋਂ 6ਵੀਂ ਤੋਂ 8ਵੀਂ ਤੱਕ ਦੇ ਸਕੂਲ ਖੋਲਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ 1 ਫਰਵਰੀ ਤੋਂ ਪਹਿਲੀ ਜਮਾਤੋਂ ਹੀ ਸਕੂਲ ਖੁੱਲ ਜਾਣਗੇ ਸਕੂਲਾਂ ਦਾ ਜ਼ਿਕਰ ਅਸੀਂ ਇਸ ਲਈ ਕਰ ਰਹੇ ਹਾਂ ਕਿਉਂਕਿ ਜਿੰਨੇ ਵੀ ਕਿਸਾਨ ਅੰਦੋਲਨ ਦੇ ਹਮਾਇਤੀ ਨੇ ਉਹ ਸਾਰੇ ਕਹਿੰਦੇ ਨੇ ਕਿ ਸਕੂਲ ਖੋਲਣ ਦੇ ਫੈਸਲੇ ਸਰਕਾਰਾਂ ਇਹ ਸੇ ਕਰਕੇ ਲੈ ਰਹੀਆਂ ਨੇ ਕਿ ਲੋਕ ਆਪਣੀਆਂ ਨਿੱਜੀ ਜ਼ਿੰਦਗੀਆਂ ਦੇ ਵਿੱਚ ਬਿਜ਼ੀ ਹੋ ਜਾਣ ਅਤੇ ਕਿਸਾਨੀ ਅੰਦੋਲਨ ਤੋਂ ਵਾਪਸ ਆ ਜਾਣ ਕੈਪਟਨ ਅਮਰਿੰਦਰ ਸਿੰਘ ਤੇ ਵੀ ਇਹੀ ਇਲਜ਼ਾਮ ਲੱਗੇ ਸਨ ਅਤੇ ਉਹੀ ਫੈਸਲਾ ਹੁਣ ਹਰਿਆਣਾ ਦੀ ਖੱਟੜ ਸਰਕਾਰ ਦੇ ਵੱਲੋਂ ਵੀ ਲੈ ਲਿਆ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਕਿਸਾਨ ਆਗੂਆਂ ਤੇ ਪਰਚੇ ਦਰਜ ਕਰਨ ਤੋਂ ਬਾਅਦ ਹੁਣ ਕ੍ਰਾਈਮ ਬ੍ਰਾਂਚ ਦੇ ਵੱਲੋਂ 12 ਵੱਡੇ ਕਿਸਾਨ ਆਗੂਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਇਨ੍ਹਾਂ ਆਗੂਆਂ ਨੂੰ ਆਗੂ ਦੱਸ ਦਿੰਨੇ ਆ ਕਿਹੜੇ-ਕਿਹੜੇ ਨੇ ਰਕੇਸ਼ ਟਕੈਤ ਨੇ ਡਾਕਟਰ ਦਰਸ਼ਨਪਾਲ ਨੇ ਸਰਮਣ ਸਿੰਘ ਪੰਦੇਰ ਸਤਨਾਮ ਸਿੰਘ ਪੰਨੂ ਜਿਨ੍ਹਾਂ ਵੀ ਵੱਡੇ ਆਗੂ ਨੇ ਜਿਹੜੇ ਕਿ ਅੱਗੇ ਲੱਕੇ ਕਿਸਾਨੀ ਅੰਦੋਲਨ ਨੂੰ ਚਲਾ ਰਹੇ ਨੇ 12 ਆਗੂਆਂ ਨੂੰ ਕ੍ਰਾਈਮ ਬ੍ਰਾਂਚ ਦੇ ਵੱਲੋਂ ਪੁਛਗੈਸ ਦੇ ਲਈ ਨੋਟਿਸ ਜਾਰੀ ਕੀਤੇ ਗਏ ਨੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਇਨ੍ਹਾਂ ਨੋਟਿਸਾਂ ਦਾ ਕੋਈ ਵੀ ਜਵਾਬ ਅਜੇ ਤੱਕ ਨਹੀਂ ਦਿੱਤਾ ਗਿਆ ਹੈ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਉਸ ਬਾਰੇ ਇਨ੍ਹਾਂ ਕਿਸਾਨ ਆਗੂਆਂ ਤੋਂ ਜੋ ਚੈੱਕ ਕੀਤੀ ਜਾਣੀ ਹੈ ਪਰ ਇਹਨਾਂ ਨੋਟਿਸਾਂ ਦਾ ਜਵਾਬ ਅਜੇ ਤੱਕ ਕਿਸਾਨ ਆਗੂਆਂ ਦੇ ਵੱਲੋਂ ਨਹੀਂ ਦਿੱਤਾ ਗਿਆ ਤੇ ਲੱਗਦਾ ਵੀ ਨਹੀਂ ਕਿ ਕਿਸਾਨ ਆਗੂ ਇਹਨਾਂ ਨੋਟਿਸਾਂ ਦਾ ਜਵਾਬ ਦੇਣਗੇ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਕਹਿ ਰਹੇ ਨੇ ਕਿ ਜਾਣਬੁੱਝ ਕੇ ਸਰਕਾਰ ਦੇ ਵੱਲੋਂ ਹੁਣ ਪਰਚਿਆਂ ਵਾਲੀ ਰਣਨੀਤੀ ਅਪਣਾਈ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਅੱਗੇ ਇਹ ਅਪੀਲ ਕੀਤੀ ਹੈ ਕਿ ਸਾਰੇ ਨੋਟਿਸ ਵਾਪਸ ਲਏ ਜਾਣੇ ਚਾਹੀਦੇ ਨੇ ਕ੍ਰਾਈਮ ਬ੍ਰਾਂਚ ਦੇ ਨੋਟਿਸ ਤੋਂ ਪਹਿਲਾਂ ਲੁਕਆਊਟ ਨੋਟਿਸ ਇਹਨਾਂ ਕਿਸਾਨ ਆਗੂਆਂ ਦੇ ਖਿਲਾਫ ਜਾਰੀ ਕੀਤੇ ਜਾ ਚੁੱਕੇ ਨੇ ਕੈਪਟਨ ਮਨਿੰਦਰ ਸਿੰਘ ਨੇ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਇਹ ਕੋਈ ਵੱਡੇ ਕਾਰਪੋਰੇਟ ਭਗੌੜੇ ਨਹੀਂ ਕਿ ਜਿਹੜੇ ਦੇਸ਼ ਛੱਡ ਕੇ ਭੱਜ ਜਾਣਗੇ ਇਹ ਕਿਸਾਨ ਆਗੂ ਤੇ ਅਤੇ ਥੋੜੇ ਥੋੜੇ ਕਿल्ले ਹੀ ਇਹਨਾਂ ਕੋਲ ਪਿਆਲੀ ਹੈ ਜ਼ਮੀਨ ਹੈ ਇਹ ਕਿਤੇ ਨਹੀਂ ਭੱਜਦੇ ਆਪਣੇ ਨੋਟਿਸ ਮੋਦੀ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਨੇ ਇਸ ਤਰ੍ਹਾਂ ਨੋਟਿਸਾਂ ਦੀ ਰਣਨੀਤੀ ਵੀ ਮੋਦੀ ਸਰਕਾਰ ਦੇ ਵੱਲੋਂ ਅਪਣਾਈ ਜਾ ਰਹੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜਿਹੜੀ ਕਿ ਕਿਸਾਨੀ ਅੰਦੋਲਨ ਦੇ ਨਾਲ ਵੀ ਜੁੜੀ ਹੋਈ ਹੈ ਅਤੇ ਸੰਸਦ ਦੇ ਨਾਲ ਵੀ ਜੁੜੀ ਹੋਈ ਹੈ ਪਹਿਲਾਂ ਹੀ ਇਹ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਜਦੋਂ ਵੀ ਸੈਸ਼ਨ ਸ਼ੁਰੂ ਹੋਏਗਾ ਕੇਂਦਰ ਸਰਕਾਰ ਨੂੰ ਭਾਜਣਾ ਪੈ ਜਾਣਗੀਆਂ ਸ਼ਾਇਦ ਇਸੇ ਕਰਕੇ ਹੀ ਕੇਂਦਰ ਸਰਕਾਰ ਦੇ ਵੱਲੋਂ ਸਰਦ ਰੁੱਤ ਸੈਸ਼ਨ ਸਦਿਆ ਹੀ ਨਹੀਂ ਗਿਆ ਸੀ ਉਸ ਨੂੰ ਰੱਦ ਦੀ ਕਰ ਦਿੱਤਾ ਗਿਆ ਸੀ ਪਰ ਬਜਟ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਕੇਂਦਰ ਸਰਕਾਰ ਦੇ ਖਿਲਾਫ ਵਿਰੋਧੀ ਪਾਰਟੀਆਂ ਨੇ ਆਪਣੀ ਰਣਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਪਹਿਲੇ ਦਿਨ ਰਾਸ਼ਟਰਪਤੀ ਦੇ ਵੱਲੋਂ ਦੋਨਾਂ ਸਦਨਾਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਆਪਣੇ ਸੰਬੋਧਨ ਦੇ ਵਿੱਚ ਰਾਸ਼ਟਰਪਤੀ ਨੇ ਤਿੰਨ ਖੇਤੀ ਕਰੂਨਾ ਦਾ ਜ਼ਿਕਰ ਵੀ ਕੀਤਾ ਹੈ 26 ਜਨਵਰੀ ਦੀ ਹਿੰਸਾ ਦਾ ਜ਼ਿਕਰ ਵੀ ਕੀਤਾ ਹੈ ਰਾਸ਼ਟਰਪਤੀ ਦਾ ਕਹਿਣਾ ਹੈ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਜੋ ਕਿਹਾ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਕਹਿੰਦੇ ਨੇ ਕਿ ਬੜੇ ਸਾਲਾਂ ਤੋਂ ਲਗਭਗ 2 ਦਹਾਕਿਆਂ ਤੋਂ ਖੇਤੀ ਕਾਨੂੰਨਾਂ ਦੇ ਵਿੱਚ ਸੁਧਾਰਾਂ ਦੀ ਮੰਗ ਕੀਤੀ ਜਾ ਰਹੀ ਸੀ ਚਰਚਾਵਾਂ ਚੱਲ ਰਹੀਆਂ ਸਨ ਅਤੇ ਮੇਰੀ ਸਰਕਾਰ ਨੇ ਭਾਵ ਭਾਰਤ ਦੀ ਸਰਕਾਰ ਨੇ ਇਹ ਸੁਧਾਰ ਕਰ ਦਿੱਤੇ ਨੇ ਜਿਨ੍ਹਾਂ ਦਾ ਇਹਨਾਂ ਸੋਧਾਂ ਦਾ ਪੂਰੇ ਦੇਸ਼ ਦੇ ਵਿੱਚ ਸਵਾਗਤ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਵੀ ਅਤੇ ਵੱਖ-ਵੱਖ ਪੋਲਿਟਿਕਲ ਪਾਰਟੀਆਂ ਦੇ ਵੱਲੋਂ ਵੀ ਇਹਨਾਂ ਸੌਧਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਲਾਹੇਵੰਦ ਇਹ ਸੌਧਾਂ ਕੀਤੀਆਂ ਗਈਆਂ ਨੇ ਅਤੇ ਇਹਨਾਂ ਦਾ ਫਾਇਦਾ ਲਾਭ ਕਿਸਾਨਾਂ ਨੂੰ ਹੁਣ ਵੀ ਲੱਗ ਪਿਆ ਹੈ ਆਪਣੇ ਭਾਸ਼ਣ ਦੇ ਵਿੱਚ ਇਹ ਦਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਵੱਲੋਂ ਕਰ ਦਿੱਤਾ ਗਿਆ ਹੈ 26 ਜਨਵਰੀ ਦੀ ਹਿੰਸਾ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਹੈ ਕਿ ਸਾਡਾ ਸੰਵਿਧਾਨ ਭਾਵੇਂ ਆਜ਼ਾਦੀ ਦਿੰਦਾ ਹੈ ਪਰ ਇਹੀ ਸੰਵਿਧਾਨ ਨੂੰ ਮਰਿਆਦਾ ਵਿੱਚ ਰਹਿਣ ਲਈ ਵੀ ਕਹਿੰਦਾ ਹੈ ਅਤੇ ਸਜ਼ਾ ਦਾ ਪ੍ਰਾਵਧਾਨ ਵੀ ਇਹੀ ਸੰਵਿਧਾਨ ਦਿੰਦਾ ਹੈ ਜੋ ਵੀ 26 ਜਨਵਰੀ ਨੂੰ ਹੋਇਆ ਹੈ ਉਸ ਦੇ ਨਾਲ ਦੇਖਦੇ ਰਾਸ਼ਟਰੀ ਝੰਡੇ ਤਿਰੰਗੇ ਦਾ ਅਪਮਾਨ ਹੋਇਆ ਹੈ ਇਹ ਬਹੁਤ ਮੰਦਪਾ ਗਏ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੇ ਵਿੱਚ 26 ਜਨਵਰੀ ਦੀ ਹਿੰਸਾ ਦੀ ਅਤੇ ਲਾਲ ਕਿਲੇ ਦੀ ਘਟਨਾ ਦੀ ਨਿੰਦਾ ਕੀਤੀ ਹੈ ਕਹਿੰਦੇ ਨੇ ਮੰਦਪਾ ਗਏ ਅਤੇ ਖੇਤੀ ਕਾਨੂੰਨਾਂ ਦੇ ਰੱਜ ਕੇ ਸੋਲੇ ਗਏ ਨੇ ਇਹ ਵੀ ਕਹਿ ਦਿੰਦਾ ਹੈ ਕਿ ਕਿਸਾਨ ਬੜੇ ਖੁਸ਼ ਨੇ ਸਵਾਗਤ ਕਰ ਰਹੇ ਨੇ ਪੋਲਿਟੀਕਲ ਟੀਆਂ ਬੜੀਆਂ ਖੁਸ਼ ਨੇ ਉਹ ਵੀ ਇਸ ਦਾ ਸਵਾਗਤ ਕਰਦੀਆਂ ਦਖਾਈ ਦਿੰਦੀਆਂ ਨੇ ਇਸ ਤਰ੍ਹਾਂ ਬਿਲਕੁਲ ਜ਼ਮੀਨੀ ਪੱਧਰ ਤੋਂ ਉਲਟ ਰਾਸ਼ਟਰਪਤੀ ਰਾਮਨਾਥ ਕੋਮੇਨਦ ਨੇ ਆਪਣੇ ਭਾਸ਼ਣ ਦੇ ਵਿੱਚ ਖੇਤੀ ਕਰੂਨਾ ਲਈ ਸ਼ਬਦਾਵਲੀ ਵਰਤ ਦਿੱਤੀ ਹੈ ਗੱਲ ਕਰਦੇ ਆ ਵਿਰੋਧੀ ਪਾਰਟੀਆਂ ਦੀ ਤਾਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸੰਸਦ ਮੈਂਬਰ ਨੇ ਉਹਨਾਂ ਨੇ ਅੱਜ ਤੋਂ ਹੀ ਆਪਣਾ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਤਾਂ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਦਰਵਾਜ਼ੇ ਤੇ ਹੀ ਰੋਕ ਲਿਆ ਗਿਆ ਭਾਵੇਂ ਕਿ ਰਾਸ਼ਟਰਪਤੀ ਦੇ ਬਾਈਕਾਟ ਦਾ ਐਲਾਨ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਗਿਆ ਸੀ ਪਰ ਫਿਰ ਵੀ ਆਪ ਦੇ ਸੰਸਦ ਮੈਂਬਰਾਂ ਨੇ ਇੱਕ ਸਕੀਮ ਬਣਾਈ ਰਣਨੀਤੀ ਬਣਾਈ ਕਿ ਅੰਦਰ ਜਾ ਕੇ ਰਾਸ਼ਟਰਪਤੀ ਦੇ ਭਾਸ਼ਣ ਦਾ ਉਹ ਵਿਰੋਧ ਕਰਨਗੇ ਪਰ ਪਹਿਲਾਂ ਹੀ ਅੰਦਰ ਜਾਣ ਵਾਲੇ ਐਮਪੀਜ਼ ਦੀ ਲਿਸਟ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਕੱਢ ਦਿੱਤਾ ਗਿਆ ਦਰਵਾਜ਼ੇ ਤੇ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਬੈਠ ਗਏ ਭਗਵੰਤ ਮਾਨ ਵੀ ਉਹਨਾਂ ਦੇ ਵਿੱਚ ਸ਼ਾਮਿਲ ਸਨ ਜਮ ਕੇ ਨਾਅਰੇਬਾਜ਼ੀ ਮੋਦੀ ਸਰਕਾਰ ਦੇ ਖਿਲਾਫ ਆਪ ਦੇ ਸੰਸਦ ਮੈਂਬਰਾਂ ਦੇ ਵੱਲੋਂ ਕੀਤੀ ਗਈ ਹੈ ਨਰਿੰਦਰ ਮੋਦੀ ਕਿਸਾਨ ਵਿਰੋਧੀ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਾਲੇ ਕਾਨੂੰਨ ਵਾਪਸ ਲਓ ਅਜਹੀ ਨਾਰੇਬਾਜ਼ੀ ਆਪ ਦੇ ਇਹਨਾਂ ਸੰਸਦ ਮੈਂਬਰਾਂ ਦੇ ਵੱਲੋਂ ਕੀਤੀ ਗਈ ਹੈ ਭਗਵੰਤ ਮਾਨ ਤੋਂ ਬਾਅਦ ਵਿੱਚ ਪੁੱਛਿਆ ਗਿਆ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕਰ ਦਿੱਤੀ ਕਿ ਕਿਉਂ ਵਿਰੋਧ ਕੀਤਾ ਹੈ ਤਾਂ ਉਹ ਕਹਿੰਦੇ ਨੇ ਕਿ ਇਹਨਾਂ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਕਿਸਾਨਾਂ ਦੇ ਨਾਲ ਅਣਮਨੁੱਖੀ ਵਤੀਰਾ ਇਹਨਾਂ ਦੇ ਵੱਲੋਂ ਕੀਤਾ ਜਾਣ ਲੱਗਾ ਹੈ ਦੇਖੋ ਕੇਂਦਰ ਦੀ ਸਰਕਾਰ ਕਿੰਨਾ ਪੱਧਰ ਉਸ ਦਾ ਹੇਠਾਂ ਡਿੱਗ ਪਿਆ ਹੈ ਬਿਜਲੀ ਪਾਣੀ ਕੱਢ ਦਿੰਦਾ ਹੈ ਇਹ ਤਾਂ ਬੇਸਿਕ ਸਹੂਲਤਾਂ ਹੁੰਦੀਆਂ ਨੇ ਇਥੋਂ ਤੱਕ ਨੌਬਤ ਆ ਗਈ ਹੈ ਕੇਂਦਰ ਸਰਕਾਰ ਕਿਸਾਨਾਂ ਕੋਲੋਂ ਇੰਨਾ ਜ਼ਿਆਦਾ ਡਰ ਗਈ ਹੈ ਕਿ ਬਿਜਲੀ ਪਾਣੀ ਕੱਟਣ ਤੱਕ ਪਹੁੰਚ ਗਈ ਹੈ ਅਜਿਹਾ ਅਣਮਨੁੱਖੀ ਵਤੀਰਾ ਮੋਦੀ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਭਵਿੱਖ ਦੇ ਵਿੱਚ ਉਹਨਾਂ ਲਈ ਚੰਗਾ ਨਹੀਂ ਹੋਏਗਾ ਲੋਕ ਉਹਨਾਂ ਨੂੰ ਸਬਕ ਜ਼ਰੂਰ ਸਿਖਾਉਣਗੇ ਇਹ ਲੋਕਤੰਤਰ ਹੈ ਕਿਸੇ ਵੀ ਭਲੇਖੇ ਦੇ ਵਿੱਚ ਮੋਦੀ ਸਰਕਾਰ ਨੂੰ ਨਹੀਂ ਰਹਿਣਾ ਚਾਹੀਦਾ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਖਬੀਰ ਸਿੰਘ ਬਾਦਲ ਆਪ ਹੀ ਸੰਸਦ ਦੇ ਦਰਵਾਜ਼ੇ ਤੇ ਇੱਕ ਤਖਤੀ ਲੈ ਕੇ ਖਲੋ ਗਏ ਜਿਸ ਦੇ ਵਿੱਚ ਉਹਨਾਂ ਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਦਿੱਤੀ ਹੈ ਜਿਨੇ ਵੀ ਉਥੋਂ ਕੇਂਦਰ ਸਰਕਾਰ ਦੇ ਮੰਤਰੀ ਲੰਘੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਮੰਤਰੀਆਂ ਨੂੰ ਆਵਾਜ਼ਾਂ ਮਾਰ-ਮਾਰ ਕੇ ਕਿਹਾ ਕਿ ਆਓ ਕਿਸਾਨਾਂ ਨਾਲ ਖੜੇ ਹੁੰਨੇ ਆ ਭਾਵ ਖੇਤੀ ਕਾਨੂੰਨ ਰੱਦ ਕਰੋ ਅਤੇ ਕਿਸਾਨਾਂ ਦੀਆਂ ਮੰਗਾਂ ਤੁਹਾਨੂੰ ਮੰਨਣੀਆਂ ਚਾਹੀਦੀਆਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਆਏ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਆਏ ਅਤੇ ਹੋਰ ਵੀ ਜਿਹੜੇ ਜਿਹੜੇ ਮੰਤਰੀ ਵੀ ਆਏ ਗਏ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਆਵਾਜ਼ਾਂ ਮਾਰ-ਮਾਰ ਕੇ ਕਹੀ ਗਏ ਕਿ ਖੇਤੀ ਕਾਨੂੰਨ ਰੱਦ ਕਰਕੇ ਆਓ ਕਿਸਾਨਾਂ ਦੇ ਪੱਖ ਵਿੱਚ ਖੜਦੇ ਆ ਉਹਨਾਂ ਦੇ ਨਾਲ ਬਾਕੀ ਵੀ ਜੋਪੜੀ ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਹੋਰ ਵੀ ਕਈ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਮੌਜੂਦ ਹਨ ਜਿਹੜੇ ਕਿ ਇਸ ਵੇਲੇ ਖੇਤੀ ਕਾਨੂੰਨਾਂ ਦੇ ਖਿਲਾਫ ਨੇ ਇਸ ਤਰ੍ਹਾਂ ਹਰ ਪਾਰਟੀ ਦੇ ਵੱਲੋਂ ਆਪਣੀ ਵਿਰੋਧਤਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲ ਕਰੀਏ ਕਾਂਗਰਸ ਪਾਰਟੀ ਦੀ ਤਾਂ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਨਰਿੰਦਰ ਮੋਦੀ ਸਾੜ ਵਿਰੋਧੀ ਦੇ ਨਾਰੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਵੀ ਲਾਏ ਗਏ ਗੁਰਜੀਤ ਸਿੰਘ ਔਜਲਾ ਰਵਨੀਤ ਸਿੰਘ ਮਿੱਟੂ ਨੂੰ ਤਾਂ ਉਥੋਂ ਬਾਹਰ ਹੀ ਕੱਢ ਦਿੱਤਾ ਗਿਆ ਉਹ ਵੀ ਇਹੀ ਕੋ ਚਾਉਂਦੇ ਸਨ ਕਿ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਜਾ ਕੇ ਖੇਤੀ ਕਰੋਨਾ ਦਾ ਮੁੱਦਾ ਚੁੱਕੀਏ ਕੇਂਦਰ ਸਰਕਾਰ ਦਾ ਵਿਰੋਧ ਕਰੀਏ ਪਰ ਉਹਨਾਂ ਨੂੰ ਵੀ ਮਾਰਸ਼ਲਾਂ ਦੇ ਵੱਲੋਂ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ ਅੰਦਰੋਂ ਬੈਠ ਕੇ ਹੀ ਜਿੱਥੇ ਬਾਹਰ ਸੁੱਟਿਆ ਗਿਆ ਉਥੋਂ ਬੈਠ ਕੇ ਹੀ ਇਹਨਾਂ ਦੋਵਾਂ ਸੰਸਦ ਮੈਂਬਰਾਂ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਕਿ ਦੇਖ ਲਓ ਮੋਦੀ ਸਰਕਾਰ ਕਿੰਨਾ ਤੰ ਨਾਸ਼ਾ ਰਵਈਆ ਆਪਣਾ ਰਹੀ ਹੈ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਹੀ ਬਾਹਰ ਕੱਢੀ ਜਾਂਦੀ ਹੈ ਇਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਵੀ ਕੇਂਦਰ ਸਰਕਾਰ ਬੁਰੀ ਫਸਦੀ ਦਿਖਾਈ ਦਿੰਦੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੇਕਰ ਆਮ ਆਦਮੀ ਪਾਰਟੀ ਦੇ ਵੱਲੋਂ ਸੰਸਦ ਦੇ ਅੰਦਰ ਮੋਦੀ ਸਰਕਾਰ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਪੱਖ ਪੂਰਿਆ ਜਾ ਰਿਹਾ ਹੈ ਤਾਂ ਬਾਹਰ ਵੀ ਆਮ ਆਦਮੀ ਪਾਰਟੀ ਨੇ ਬਾਰਡਰਾਂ ਤੇ ਵੀ ਮੋਰਚਾ ਸਾਂਭਿਆ ਹੋਇਆ ਹੈ ਗਾਜ਼ੀਪੁਰ ਬਾਰਡਰ ਤੇ ਪਹੁੰਚ ਗਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਉਥੇ ਜਾ ਕੇ ਉਹਨਾਂ ਨੇ ਮੋਦੀ ਸਰਕਾਰ ਦੇ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਯੋਗੀ ਸਰਕਾਰ ਦੇ ਲੋ ਜਿਹੜਾ ਰਵਈਆ ਗਾਜ਼ੀਪੁਰ ਤੇ ਬਾਰਡਰ ਤੇ ਬੈਠੇ ਕਿਸਾਨਾਂ ਦੇ ਪ੍ਰਤੀ ਅਪਣਾਇਆ ਜਾ ਰਿਹਾ ਹੈ ਉਸ ਦੀ ਨਿੰਦਾ ਕੀਤੀ ਹੈ ਉਹਨਾਂ ਨੂੰ ਬਿਜਲੀ ਪਾਣੀ ਨਹੀਂ ਦਿੱਤਾ ਜਾ ਰਿਹਾ ਹੈ ਮਨੀਸ਼ ਸੋਧਿਆ ਨੇ ਉੱਥੇ ਐਲਾਨ ਕਰ ਦਿੱਤਾ ਰਕੇਸ਼ ਟਕੈ ਦੇ ਨਾਲ ਮੁਲਾਕਾਤ ਵੀ ਕੀਤੀ ਅਤੇ ਉੱਥੇ ਹੀ ਐਲਾਨ ਕਰ ਦਿੱਤਾ ਕਿ ਇਹਨਾਂ ਦੇ ਬਿਜਲੀ ਪਾਣੀ ਦਾ ਬੰਦੋਬਸਤ ਹੁਣ ਦਿੱਲੀ ਦੀ ਸਰਕਾਰ ਵੱਲੋਂ ਕੀਤਾ ਜਾਏਗਾ ਜੇਕਰ ਗੱਲ ਕਰੀਏ ਸਿੰਘੂ ਬਾਰਡਰ ਦੀ ਤਾਂ ਉੱਥੇ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਰਾਗਵ ਚੱਡਾ ਪਹੁੰਚ ਗਏ ਅਤੇ ਉਹ ਪਾਣੀ ਦੇ ਟੈਂਕਰ ਲੈ ਕੇ ਪਹੁੰਚ ਗਏ ਪਰ ਉੱਥੇ ਦਿੱਲੀ ਰਸ ਦੇ ਵੱਲੋਂ ਇੰਨੀ ਜ਼ਬਰਦਸਤ ਬੈਰੀਕੇਡਿੰਗ ਕੀਤੀ ਗਈ ਸੀ ਕਿ ਦਿੱਲੀ ਜਲ ਬੋਰਡ ਦੇ ਪਾਣੀ ਵਾਲੇ ਟੈਂਕਰ ਅੱਗੇ ਨਹੀਂ ਜਾਣ ਦਿੱਤੇ ਗਏ ਬਹੁਤ ਜ਼ਬਰਦਸਤ ਬਹਿਸਬਾਜ਼ੀ ਵੀ ਰਾਗਵ ਚੱਡਾ ਅਤੇ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਵਿੱਚ ਹੁੰਦੀ ਦਿਖਾਈ ਦਿੱਤੀ ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਪੂਰੀ ਤਰ੍ਹਾਂ ਕਿਸਾਨਾਂ ਦੇ ਪੱਖ ਵਿੱਚ ਖੜੇ ਹਾਂ ਭਾਵੇਂ ਉਹ ਸੰਸਦ ਦੇ ਅੰਦਰ ਹੋਵੇ ਭਾਵੇਂ ਬਾਦਰਾਂ ਤੇ ਹੋਵੇ ਹਰ ਜਗ੍ਹਾ ਅਸੀਂ ਕਿਸਾਨਾਂ ਦਾ ਸਾਥ ਦੇਾਂਗੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਸ੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕਿਸਾਨਾਂ ਨੂੰ ਵੀ ਸੰਬੋਧਿਤ ਕੀਤਾ ਗਿਆ ਹੈ ਅਤੇ ਮੋਦੀ ਸਰਕਾਰ ਨੂੰ ਵੀ ਪਹਿਲੀ ਗੱਲ ਤਾਂ ਉਹ 26 ਜਨਵਰੀ ਨੂੰ ਹੋਈਆਂ ਘਟਨਾਵਾਂ ਬਾਰੇ ਬੋਲੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਇਸ ਵੇਲੇ ਰਾਸ਼ਟਰੀ ਮੀਡੀਆ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਲਾਲ ਕਿਲੇ ਤੇ ਖਾਲਸਤਾਨੀ ਝੰਡਾ ਲਹਿਰਾ ਦਿੱਤਾ ਹੈ ਗਲਤ ਗੱਲ ਹੈ ਉਹ ਖਾਲਸਤਾਨੀ ਝੰਡਾ ਨਹੀਂ ਹੈ ਉਹ ਕੇਸਰੀ ਝੰਡਾ ਹੈ ਜਿਹੜਾ ਕਿ ਪਹਿਲਾਂ ਵੀ ਲਾਲ ਕਿਲੇ ਤੇ ਲਹਿਰਦਾ ਹੈ ਜਦੋਂ ਦਿੱਲੀ ਦਾ ਫਤਿਹ ਦਿਵਸ ਦਿੱਲੀ ਫਤਿਹ ਦਿਵਸ ਮਨਾਇਆ ਜਾਂਦਾ ਹੈ ਉਦੋਂ ਵੀ ਤਾਂ ਉੱਥੇ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਹੀ ਹੈ ਇਸ ਕਰਕੇ ਇਸ ਤੇ ਵਿਵਾਦ ਨਹੀਂ ਕਰਨਾ ਚਾਹੀਦਾ ਕਿ ਕੇਸਰੀ ਝੰਡਾ ਕਿਉਂ ਚੁਲਾ ਦਿੱਤਾ ਹੈ ਹਾਂ ਹਿੰਸਾ ਨਹੀਂ ਹੋਣੀ ਚਾਹੀਦੀ ਸੀ ਹਿੰਸਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਪਰ ਕੇਸਰੀ ਝੰਡਾ ਚਲਾਉਣਾ ਕੋਈ ਵੀ ਅਪਰਾਧ ਨਹੀਂ ਹੈ ਕੋਈ ਵੀ ਗੁਨਾਹ ਨਹੀਂ ਹੈ ਇਸ ਨੂੰ ਨਿਰ ਆਧਾਰ ਮੁੱਦੇ ਨੂੰ ਉਛਾਲਿਆ ਨਹੀਂ ਜਾਣਾ ਚਾਹੀਦਾ ਅਜਹੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਰ ਦਿੱਤੀ ਹੈ ਦੋਵਾਂ ਤਰ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਇੱਕ ਕਦਮ ਮੋਦੀ ਸਰਕਾਰ ਪਿੱਛੇ ਹਟਾਵੇ ਇੱਕ ਕਦਮ ਜੇ ਹੋ ਸਕੇ ਤਾਂ ਕਿਸਾਨ ਵੀ ਪਿੱਛੇ ਹਟਾ ਲੈਣ ਗੱਲਬਾਤ ਕਰਨ ਹਿੰਸਾ ਨਾਲ ਹੱਲ ਨਹੀਂ ਹੋਣਾ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਇਆ ਜਾਣਾ ਚਾਹੀਦਾ ਏ ਇਹ ਸਲਾਹ ਦੇ ਦਿੱਤੀ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਸੀ ਕੁਝ ਉਹ ਜਾਣਕਾਰੀ ਉਹ ਖਬਰਾਂ ਜੋ ਤੁਹਾਡੇ ਲਈ ਜਾਣਨੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜਾਂ ਫਿਰ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਹਲ ਅਗਲੀ ਵਾਰ ਫਿਰ ਆਜ ਰੋਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ